ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾਂ, ਮੈਂ ਬਿਆਨ ਨਹੀਂ ਕਰ ਸਕਦਾ। ਇਹ ਮੈਂ 2002 ਦੇ ਵਿੱਚ ਇਹਦੀ ਮੰਮਾ ਨੂੰ ਮਿਲਿਆ ਸੀ ਜਪਾਨ, ਆਪਣੇ ਜੈਪਨੀਜ਼ ਨੇ ਥਾਈਲੈਂਡ ਏਅਰਪੋਰਟ 'ਤੇ ਮਿਲਿਆ ਸੀ, ਅਤੇ ਉਸ ਤੋਂ ਬਾਅਦ ਉਹ ਇੰਡੀਆ ਉਹਨਾਂ ਨੂੰ ਲੈ ਕੇ ਆਇਆ ਸੀ, ਮੈਂ ਇੱਥੇ ਘੁਮਾਇਆ ਫਿਰਾਇਆ। ਅਤੇ 2002 'ਚ ਹੀ ਉਹ ਫਿਰ ਮੈਨੂੰ ਸਪੋਂਸਰ ਭੇਜ ਕੇ ਅਤੇ ਉਹਨਾਂ ਮੈਨੂੰ ਉੱਥੇ ਸੱਦ ਲਿਆ ਸੀ ਜਪਾਨ ਦੇ ਵਿੱਚ। ਪਿਆਰ ਦੀ ਕਹਾਣੀ 2002 'ਚ ਹੀ ਸਟਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ, ਅਤੇ ਉਸ ਤੋਂ ਬਾਅਦ ਫਿਰ ਜਪਾਨ ਜਾ ਕੇ ਹੀ ਸ਼ਾਦੀ ਕਰ ਲਈ। 2003 'ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ। ਤੁਸੀਂ ਪੰਜਾਬ 'ਚ ਕਿਉਂ ਆਏ ਫਿਰ, ਜਪਾਨ 'ਚ ਤੁਸੀਂ ਰਹਿ ਗਏ? ਉਹ ਫਿਰ ਸਾਡੇ ਥੋੜ੍ਹੇ ਜਿਹੇ ਮਿਸਅੰਡਰਸਟੈਂਡਿੰਗ ਹੋ ਗਈ ਸੀ, ਲੜਾਈ ਝਗੜੇ, ਥੋੜ੍ਹਾ ਜਿਹਾ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜ੍ਹਾ ਵੱਖਰਾ ਸੀ, ਉਹਨਾਂ ਦਾ ਵੱਖਰਾ ਸੀ, ਅਤੇ ਉਹਦੇ ਕਰਕੇ ਸਾਡਾ ਥੋੜ੍ਹਾ ਆਪਣਾ ਡਿਸਪਿਊਟ ਜਿਹਾ ਪੈ ਗਿਆ। ਫਿਰ ਮੈਂ ਵਾਪਸ ਜਪਾਨ ਤੋਂ ਇੰਡੀਆ ਆ ਗਿਆ। ਫਿਰ 2004 'ਚ ਇਹਦੀ ਮੰਮਾ ਮੈਨੂੰ ਫਿਰ ਲੈ ਕੇ ਗਈ ਸੀ ਇੱਕ ਵਾਰ ਵਾਪਸ। ਹਾਂਜੀ। ਅਤੇ ਕਿੱਦਾਂ ਲੱਗ ਰਿਹਾ ਕਿ ਹੁਣ ਇੱਕ ਪਿਓ 19 ਸਾਲ ਜਦੋਂ ਮਿਲੇ ਹੋ, ਕਿੱਦਾਂ ਦਾ ਫੀਲ ਹੋਇਆ? ਬਹੁਤ ਵਧੀਆ ਫੀਲਿੰਗ ਹੋ ਰਿਹਾ, ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾਂ, ਮੈਂ ਬਿਆਨ ਨਹੀਂ ਕਰ ਸਕਦਾ। ਅਤੇ ਕਿੱਦਾਂ ਲੱਗ ਰਿਹਾ ਪਹਿਲੀ ਵਾਰੀ, ਤੁਹਾਨੂੰ ਪਤਾ ਸੀ ਮੈਰਿਜ ਬਾਰੇ? ਮੈਰਿਜ ਬਾਰੇ ਪਤਾ ਸੀ, ਬੇਟੇ ਬਾਰੇ ਨਹੀਂ ਸੀ ਪਤਾ। ਬਟ ਵਿਆਹ ਤੋਂ 2-3 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ। ਅਤੇ ਮੈਂ ਇਹਨਾਂ ਦੇ ਨਾਮ ਵੀ ਸੇਮ ਹੀ ਰੱਖੇ, ਆਪਣੀ ਬੇਟੀ ਦਾ ਅਤੇ ਮੁੰਡੇ ਦਾ ਨਾਮ ਵੀ ਇੱਕੋ ਜਿਹਾ ਰੱਖਿਆ, ਉਹਦਾ ਨਾਮ ਲੀਨ ਹੈ, ਉਹਦਾ ਨਾਮ ਜਸਲੀਨ ਆ, ਵੀ ਨਾਮ ਵੀ ਇੱਕੋ ਜਿਹੇ ਰੱਖੇ ਸੀ। ਅਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਹੌਲੀ ਹੌਲੀ ਸਾਰਾ ਕੁਛ। ਹਾਂਜੀ। ਹਾਂਜੀ, ਬੇਟੀ 15 ਸਾਲ ਦੇ। ਬੇਟੀ ਕਹਿੰਦੇ ਕਿ ਮੈਨੂੰ ਰੱਖੜੀ ਤੇ ਵੱਡਾ ਤੋਹਫਾ ਦੇਦਾ ਗੁਰੂ ਰਾਮਦਾਸ ਜੀ। ਹਾਂਜੀ ਹਾਂਜੀ, ਗੁਰੂ ਰਾਮਦਾਸ ਦੀ ਕਿਰਪਾ ਨਾਲ ਹੀ ਹੋਇਆ ਜੋ ਹੋਇਆ ਸੀ, ਅਤੇ ਵੀ ਸਾਡੀ ਦੌੜ ਤੇ ਗੁਰੂ ਰਾਮਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ। ਹਾਂਜੀ। ਹਲੀ ਘਰ ਕਿੱਦਾਂ ਲੱਭਿਆ ਜੀ? ਘਰ ਇਹਨਾਂ ਲੱਭਿਆ ਸਰ, ਮੇਰੀਆਂ ਪੁਰਾਣੀਆਂ ਫੋਟੋਗ੍ਰਾਫ ਸੀ ਇਹਨਾਂ ਇਹਦੇ ਕੋਲ, ਅਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ, ਇਹਨੇ ਆਪਣਾ ਦੁਕਾਨਦਾਰਾਂ ਕੋਲ ਪੁੱਛ ਕੇ ਸਾਡੇ ਤੱਕ ਪਹੁੰਚਿਆ। ਤੁਸੀਂ ਪਹੁੰਚ ਕੀਤੀ ਸੀ ਇਹਨਾਂ ਤੱਕ? ਹਾਂਜੀ, ਇਹਨਾਂ ਤੱਕ ਪਹੁੰਚ ਕੀਤੀ ਸੀ? ਹਾਂਜੀ, ਬੜੀ ਟਰਾਈ ਕੀਤੀ ਸੀ, ਬਟ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ, ਅਤੇ ਨੰਬਰ ਵਗੈਰਾ ਹੈਗਾ ਸੀ, ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ। ਅਤੇ ਚਲੋ ਹੁਣ ਮੇਲ ਹੋ ਗਿਆ, ਅਸੀਂ ਤਾਂ ਸੁਪਨਾ ਹੀ ਲੱਗ ਰਿਹਾ ਸਾਰਾ ਕੁਛ। ਕਲਚਰ ਲੱਗਿਆ ਪੰਜਾਬ ਦਾ? ਕਲਚਰ ਪੰਜਾਬ ਦਾ ਉਹਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ, ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ। ਹਾਂਜੀ। ਹਾਂਜੀ ਹਾਂਜੀ, ਜਾ ਰਹੇ 2 ਤਰੀਕ ਨੂੰ ਜਾਂ 3 ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ। ਹਾਂਜੀ ਹਾਂਜੀ, ਇੱਕ ਦਿਨ ਹੋਈ ਸੀ, ਜਿੱਦਣ ਆਇਆ ਉਦਣ ਹੀ ਇੰਨਾ ਮੇਰੀ ਗੱਲ ਕਰਾਈ ਸੀ, ਅਤੇ ਉਹਨੂੰ ਮੈਂ ਦੱਸਿਆ ਵੀ ਇਹਨੇ ਮੈਨੂੰ ਲੱਭ ਲਿਆ ਵਾ ਅਤੇ ਸਾਡੇ ਕੋਲ ਹੀ ਆ, ਅਤੇ ਉਹ ਕਹਿੰਦੇ ਸੀ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਇਹ ਜੇ ਆਪਾਂ ਗੋਲਡਨ ਟੈਂਪਲ ਅਤੇ ਵਾਹਗਾ ਬਾਰਡਰ ਹੀ ਗਏ ਹਾਂ, ਅਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋਲ ਲੈ ਕੇ ਜਾਂਦਾ ਪਿਆ ਵਾਂ, ਫਿਰ ਇਹਨੂੰ ਲਾਗੇ ਬੰਨੇ ਹੋਰ ਘੁਮਾਵਾਂਗੇ ਜਿੱਥੇ ਜਿੱਥੇ ਤੱਕ ਜਾ ਸਕਦੇ ਲੈ ਕੇ ਜਾਊਂਗਾ। ਮੇਰੀ ਮੈਰਿਜ ਹੋਈ ਸੀ 2009 ਦੇ ਵਿੱਚ, ਅਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਆ, ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ। ਇਹ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੇ ਮੈਨੂੰ, ਮੈਂ ਇਹਨਾਂ ਨੂੰ ਪੁੱਛਿਆ, ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ, ਕੋਸ਼ਿਸ਼ ਪਾਉਂਦੇ ਸੀ ਮੇਰੇ ਕੋਲ, ਅਤੇ ਮੈਂ ਇਹਨਾਂ ਨੂੰ ਪੁੱਛਿਆ ਅਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਪਾਨ। ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ 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 ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਸੀ ਕਿ ਬੇਟਾ ਸਾਡਾ ਵਾਪਸ ਆ ਜਾਵੇ, ਅਤੇ ਅਚਾਨਕ ਰੱਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ, ਅਤੇ ਬੜੀ ਖੁਸ਼ੀ ਹੋਈ ਆ। ਹੁਣ ਸਾਡਾ ਦਿਲ ਨਹੀਂ ਕਰਦਾ ਕਿ ਵਾਪਸ ਜਾਵੇ। ਤੁਹਾਡੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਸੀ? 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ। ਅਤੇ ਇਹ 2002 ਦੇ ਵਿੱਚ ਜਪਾਨ ਗਈ ਸੀ?
ਇਹ ਦੋ ਇਹਨਾਂ ਦੀ ਹਿਸਟਰੀ ਤਾਂ ਪ੍ਰੋਪਰ ਇਹਨਾਂ ਦੇ ਮਦਰ ਮੰਮਾ ਇਹਨਾਂ ਨੂੰ ਸਾਰਾ ਪਤਾ ਆ ਕਿ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ। ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ? ਹਾਂ, ਜਦੋਂ ਇਹਨਾਂ ਨੇ ਮੈਨੂੰ ਦੱਸਿਆ ਸੀ ਫਿਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਸੀਗਾ। ਤੇ ਇੱਕ ਔਰਤ ਵਾਸਤੇ ਬਹੁਤ ਵੱਡੀ ਗੱਲ ਹੈ ਤੇ ਹੈ, ਪਰ ਮੈਨੂੰ ਹੁਣ ਬੇਟੇ ਨੂੰ ਵੇਖ ਕੇ ਬੜੀ ਖੁਸ਼ੀ ਆ। ਮੈਂ ਨਹੀਂ ਚਾਹੁੰਦੀ ਕਿ ਉਹ ਵਾਪਸ ਜਾਵੇ, ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਕਿਸੇ ਇਹਦੀ ਮਦਰ ਕੋਈ ਹੋਰ ਹੈ। ਮੈਂ ਚਾਹੁੰਦੀ ਹਾਂ ਕਿ ਇਹ ਬੇਟਾ ਮੇਰੇ ਕੋਲ ਹੀ ਰਹੇ। ਹੁਣ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ। ਕਿ ਸਰਕਾਰ ਕੋ ਕੋਈ ਮੰਗ ਕਰਦੇ ਹੋ ਤੁਸੀਂ ਕਿ ਵੀਜ਼ਾ ਵਧਾਇਆ ਜਾਵੇ ਬੇਟੇ ਦਾ? ਇਹ ਸਟੱਡੀ ਕਰਦਾ ਆ, ਇਹਦੀ ਮਜਬੂਰੀ ਆ, ਇੱਕ ਵਾਰੀ ਇਹਨੂੰ ਜਾਣਾ ਪਊਗਾ। ਫਿਰ ਇਹ ਕਹਿੰਦਾ ਕਿ ਮੈਂ ਵੀ ਮਿਲਣ ਵਾਸਤੇ ਤੁਹਾਨੂੰ ਆਊਂਗਾ, ਮੈਂ ਤੁਹਾਡੇ ਨਾਲ ਟੱਚ 'ਚ ਰਹੂੰਗਾ, ਮੈਂ ਆਇਆ ਕਰੂੰਗਾ। ਤੇ ਕਿੱਦਾਂ ਦਾ ਮਹਿਸੂਸ ਹੈ ਇੰਨੇ ਦਿਨ ਤੁਹਾਡੇ ਕੋਲ ਰਿਹਾ ਵਾ? ਕਿੱਦਾਂ ਖਾਣ ਪੀਣ ਕਿੱਦਾਂ ਦਾ ਰਿਹਾ ਸੀ ਇਹਨਾਂ ਦਾ? ਬੜਾ ਵਧੀਆ, ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਪਾਨ ਤੋਂ ਆਇਆ ਆ, ਕਿ ਫੈਮਿਲੀ ਵਾਂਗੂ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ, ਸਾਡੇ ਨਾਲ ਹੀ ਰਹਿੰਦਾ ਹੈ, ਕੋਈ ਮੁਸ਼ਕਿਲ ਨਹੀਂ ਆਈ, ਬੜਾ ਵਧੀਆ। ਬੇਟੀ ਨੂੰ ਇੱਕ ਭਰਾ ਮਿਲ ਗਿਆ? ਹਾਂਜੀ ਹਾਂਜੀ। ਉਹ ਵੀ ਰੱਖੜੀ ਦਾ ਤੋਹਫਾ ਸੀ? ਹਾਂਜੀ ਰੱਖੜੀ, ਕਿਉਂਕਿ ਉਹ ਮੰਗਦੀ ਸੀ ਕਿ ਮੇਰਾ ਭਰਾ ਹੋਵੇ, ਮੇਰਾ ਭਰਾ ਹੋਵੇ, ਉਹਨੂੰ ਅਚਾਨਕ ਮਿਲਿਆ। ਕਦੇ ਇਹਨਾਂ ਦੇ ਮੰਮਾ ਨਾਲ ਗੱਲ ਹੋਈ ਤੁਹਾਡੀ ਉੱਥੇ ਜਪਾਨ ਦੇ ਵਿੱਚ? ਨਹੀਂ, ਮੇਰੀ ਨਹੀਂ ਹੋਈ। ਗੱਲ ਕਰਨਾ ਚਾਹੋਗੇ ਸੀ? ਮੈਂ ਨਹੀਂ ਚਾਹੁੰਦੀ, ਪਰ ਮੇਰਾ ਇੱਕ ਇਮੋਸ਼ਨਲ ਜੀ ਇੱਕ ਮਤਲਬ ਆਪਣੇ ਆਪ ਨੂੰ ਲੈ ਕੇ ਇਹਨਾਂ ਦੀ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਊਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ, ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਹਾਂ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ, ਮੈਨੂੰ ਕੋਈ ਪ੍ਰੋਬਲਮ ਨਹੀਂ। ਕਦੀ ਗੱਲ ਤੁਹਾਡੇ ਸਾਹਮਣੇ ਕੀਤੀ ਵੀਡੀਓ ਕਾਲ? ਹਾਂਜੀ, ਮੇਰੇ ਸਾਹਮਣੇ ਗੱਲ ਕੀਤੀ ਇਹਨਾਂ ਨੇ। ਹਾਂਜੀ, ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰੱਖੜੀ ਵਾਲੇ ਦਿਨ ਆਏ, ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ। ਅਤੇ ਮੇਰੇ ਵੈਸੇ ਕਜ਼ਨ ਭਰਾ ਵੀ ਹੈਗੇ, ਉਹ ਮੇਰੇ ਨਾਲ ਬਹੁਤ ਪਿਆਰ ਕਰਦੇ ਆ, ਪਰ ਇੱਕ ਹੁਣ ਰੀਅਲ ਆ, ਉਹ ਮੈਨੂੰ ਨਾਲ ਰੱਖਣਗੇ, ਹਮੇਸ਼ਾ ਮੇਰੇ ਨਾਲ ਰਹਿਣਗੇ। ਪਤਾ ਨਹੀਂ ਹੁਣ ਅਗਲੀ ਰੱਖੜੀ 'ਤੇ ਆਪਾਂ ਨਾਲ ਹੋਈਏ ਨਾ ਹੋਈਏ, ਪਰ ਇੱਕ ਰੱਖੜੀ 'ਤੇ ਮੈਂ ਉਹਨਾਂ ਨੂੰ ਬੰਨਤੀ ਆ, ਹੁਣ ਮੈਂ ਬਹੁਤ ਖੁਸ਼ ਹਾਂ। ਕਹਿੰਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਕਿ ਬ੍ਰਦਰ ਨਹੀਂ ਸੀ ਮੇਰਾ? ਹਾਂਜੀ, ਸਾਰੇ ਮੈਨੂੰ ਪੁੱਛਦੇ ਕਿ ਤੂੰ ਇਕੱਲੀ ਆ, ਮੈਂ ਕਿਹਾ ਹਾਂਜੀ, ਪਰ ਹੁਣ ਮੈਨੂੰ ਕੋਈ ਪੁੱਛਦਾ, ਹੁਣ ਮੈਂ ਕਹਿੰਦੀ ਹਾਂ ਕਿ ਮੇਰਾ ਹਾਂ ਭਰਾ ਹੈਗਾ ਵਾ, ਬਾਹਰੋਂ ਆਇਆ ਵਾ, ਅਤੇ ਬੜੀ ਹੁਣ ਹੁੰਦਾ ਵਾ, ਹੁਣ ਮੈਂ ਮਾਨ ਨਾਲ ਕਹਿੰਦੀ ਹਾਂ ਮੇਰਾ ਸਕਾ ਭਰਾ ਵੀ ਹੈਗਾ ਵਾ। ਕਦੀ ਉਹਦੇ ਵਾਲੀ ਮੰਮੀ ਨਾਲ ਗੱਲ ਹੋਈ ਆ ਇਹਨਾਂ ਦੇ ਮੰਮਾ ਨਾਲ? ਨਾ, ਨਹੀਂ ਹੋਈ। ਤੇ ਕਿਤੇ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ? ਹਾਂਜੀ, ਇੰਗਲਿਸ਼ ਬੋਲਦੇ ਆ, ਇੰਗਲਿਸ਼ ਸਮਝ ਲੱਗ ਜਾਂਦੀ, ਨਹੀਂ ਤਾਂ ਪਾਪਾ ਜੈਪਨੀਜ਼ 'ਚ ਟ੍ਰਾਂਸਲੇਟ ਕਰ ਦਿੰਦੇ ਆ। ਕਿੱਦਾਂ ਫਿਰ ਇੰਨੇ ਦਿਨ ਤੁਸੀਂ ਨਾਲ ਰਹੇ ਹੋ, ਕਿੱਦਾਂ ਦਾ ਟਾਈਮ ਸਸਦਾ? ਬਹੁਤ ਵਧੀਆ ਟਾਈਮ ਸਪੈਂਡ ਕੀਤਾ, ਆਪਾਂ ਬਾਹਰ ਗਏ, ਵਾਹਗਾ ਬਾਰਡਰ, ਗੋਲਡਨ ਟੈਂਪਲ, ਅਤੇ ਹੋਰ ਵੀ ਆਪਾਂ ਬਾਹਰ ਖਾਣਾ ਖਾਧਾ, ਅਤੇ ਬਹੁਤ ਇੰਜੋਏ ਕੀਤਾ ਇਕੱਠਿਆਂ ਨੇ। ਤੇ ਹੁਣ ਵੀਜ਼ਾ ਖਤਮ ਹੋਣ ਵਾਲਾ, ਵਾਪਸ ਜਾ ਰਿਹਾ, ਕਿੱਦਾਂ ਦਾ ਲੱਗ ਰਿਹਾ? ਬਹੁਤ ਇਮੋਸ਼ਨਲ, ਉਹਨਾਂ ਦਾ ਫਰੈਂਡ ਗਿਆ ਸੀ ਪਰ ਉਦੋਂ ਸਾਨੂੰ ਬਹੁਤ ਹੋਇਆ, ਅਤੇ ਹੁਣ ਤਾਂ ਸਕਾ ਭਰਾ ਵਾ ਬਾਹਰ ਜਾਊਗਾ, ਅਤੇ ਫਿਰ ਹੋਰ ਸਾਨੂੰ ਹੋਊਗਾ, ਪਤਾ ਨਹੀਂ ਹੁਣ ਕੀ ਹੋਣਾ। ਅਤੇ ਫਰੈਂਡਸ ਦੇ ਫੋਨ ਆਉਂਦੇ ਕਿ ਤੇਰਾ ਬ੍ਰਦਰ ਜਪਾਨ ਦੇ ਵਿੱਚੋਂ ਆਇਆ? ਹਾਂਜੀ, ਅਤੇ ਮੈਨੂੂੰ ਸਾਰੇ ਰੀਲਾਂ ਭੇਜਣ ਦੇ ਕਿ ਅਪਲੀ ਨਾ ਤੇਰਾ ਭਰਾ ਵਾ, ਤੇਰਾ ਭਰਾ ਵਾ, ਸਾਰੇ ਕਹਿੰਦੇ ਤੂੰ ਫੇਮਸ ਹੋ ਗਈ, ਮੈਂ ਕਿਹਾ ਮੈਂ ਥੋੜ੍ਹੀ ਫੇਮਸ ਹੋਈ। ਰੱਖੜੀ ਦਾ ਤੋਹਫਾ ਮਿਲ? ਹਾਂਜੀ, ਰੱਖੜੀ ਦਾ ਗਿਫਟ ਮਿਲ ਗਿਆ ਉਹਨਾਂ।